ਜੀ ਹਿਰਦੇ ਵਾਲੇ ਵੀਰ ਜੀ, ਸੋ ਕਹਿ ਰਹੇ ਕਿ ਤੁਹਾਨੂੰ ਚਾਹੀਦਾ ਸਾਨੂੰ ਗਿਫਟ ਦੇਣਾ, ਅਤੇ ਵੀਰੇ ਗਿਫਟ ਲੈ ਲਓ, ਉਹ ਨਹੀਂ ਕੋਈ ਚੱਕਰ ਹੈ, ਗਿਫਟ ਤੁਹਾਨੂੰ ਦੇ ਦੇਣਾਗੇ, ਕਿਹੜੀ ਗੱਲ ਆ, ਗਿਫਟ ਦੀ ਕਿਹੜੀ ਗੱਲ ਆ, ਸੋ ਗਿਫਟ ਕਿਹੜਾ ਚਾਹੀਦਾ ਤੁਹਾਨੂੰ? ਸੋ ਵੀਰ ਨੇ ਉੱਪਰ ਇੱਕ ਹੋਰ ਕਮੈਂਟ ਕੀਤਾ, ਫਿਰ ਵੀ ਬਸ ਕੀ ਦੇ ਦਿਓ ਇੱਕ। ਸੋ ਇਹਦੇ ਜਿਹੜੀ ਬੰਜਿਸ਼ ਜਾਂਦੀ ਹੈ ਡੇਲੀ, ਉਹ ਤੇਰੇ ਸਦਕੇ। ਉਹ ਯਾਰ ਕਿਆ ਬਾਤਾਂ, ਆਹ ਦੇਖੋ ਬੰਜਿਸ਼ ਨੇ ਯਾਰ ਦਿੱਤੀ ਆਂਡੇ, ਵਾਹ। ਚਲੋ ਜੀ, ਇੱਥੇ ਕਬੂਤਰ ਖੋਲ੍ਹੇ ਹੋਏ ਆਪਾਂ, ਅਤੇ ਆਹ ਇੱਕ ਕਬੂਤਰ ਵਾਰਾ ਫਿਰਦਾ ਪਿਆ ਵਾ, ਅਤੇ ਦੇਖ ਰਹੇ ਸੀ ਆਪਾਂ, ਉਹ ਦੇਖੋ ਉੱਪਰ ਬੈਠ ਗਿਆ ਆ ਕੇ। ਸੋ ਅਤੇ ਇੱਕ ਕਬੂਤਰ ਸਾਡਾ ਜਿਹੜਾ ਨਵਾਂ ਵਾ ਉਹ ਉੱਡਿਆ ਵਾ, ਅਤੇ ਉਹ ਵੀ ਨਹੀਂ ਆਇਆ ਹੈਗਾ, ਸੋ ਉਹ ਪਾਲੀ ਸਾਈਡ 'ਤੇ ਉੱਡਦਾ ਪਿਆ ਵਾ। ਸੋ ਆਹ ਤੁਸੀਂ ਦੇਖ ਸਕਦੇ ਹੋ, ਉਹ ਜਿਹੜਾ ਉਹ ਪਾਲੀ ਸਾਈਡ 'ਤੇ ਉੱਡਦਾ ਪਿਆ, ਨਵਾਂ ਕਬੂਤਰ ਸਾਡਾ, ਉਹ ਚੱਲ ਗਿਆ ਪਾਲੀ ਸਾਈਡ 'ਤੇ। ਸੋ ਉਹਦਾ ਤਾਂ ਪਤਾ ਕੋਈ ਨਹੀਂ ਆ, ਬਾਕੀ ਇੱਕ ਸਾਹਮਣੇ ਉੱਡਦਾ ਪਿਆ ਉੱਪਰ ਵੀ, ਠੀਕ ਹੈ ਜੀ। ਸੋ ਕੱਲ੍ਹ ਸਿਰਾ, ਅਤੇ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ, ਕਬੂਤਰ ਸਾਡਾ ਵਾਪਸ ਆਉਂਦਾ ਕਿ ਨਹੀਂ ਆਉਂਦਾ। ਬਾਕੀ ਜਿਹੜਾ ਕਬੂਤਰ ਨਵਾਂ ਆਇਆ ਵਾ ਉਹ ਵੀ ਤੁਹਾਨੂੰ ਫੜ ਕੇ ਦਿਖਾ ਦੇ, ਕਬੂਤਰ ਕਾਫੀ ਵਧੀਆ ਵਾ, ਅਤੇ ਆਣ ਕੇ ਮੋਗੀ 'ਤੇ ਬੈਠ ਗਿਆ ਵਾ। ਸਾਰਿਆਂ ਨੂੰ ਕਿਵੇਂ ਹੋ, ਸਾਰੇ ਠੀਕ ਠਾਕ ਹੋ? ਸੋ ਅੱਜ ਕੱਲ੍ਹ ਤਾਂ ਸਾਰੇ ਵਧੀਆ ਹੋ ਗਏ, ਬਿਲਕੁਲ ਠੀਕ ਠਾਕ ਹੋ ਗਏ। ਸੋ ਲਓ ਜੀ, ਇੱਥੇ ਆਪਣੇ ਸਾਰੇ ਕਬੂਤਰ ਖੋਲ੍ਹੇ ਹੋਏ ਆਪਾਂ, ਅਤੇ ਬਾਕੀ ਵਾਲੇ ਮੁਰਗੇ ਆਪਣੇ ਖੋਲ੍ਹਣ ਵਾਲੇ ਆ। ਸੋ ਕਬੂਤਰ ਕੁਝ ਉੱਡਦੇ ਪਏ ਆ, ਅਤੇ ਇੱਕ ਕਬੂਤਰ ਅਵਾਰਾ ਆਇਆ ਵਾ ਜੋ ਕਿ ਇਸ ਮੌਂਡੀ ਦੇ ਉੱਤੇ ਬੈਠ ਗਿਆ ਵਾ, ਅਤੇ ਇੱਕ ਸਾਡਾ ਨਵਾਂ ਕਬੂਤਰ ਉੱਡਿਆ ਸੀ ਅਤੇ ਉਹ ਲੱਗਦਾ ਨਿਕਲ ਗਿਆ ਵਾ, ਅਤੇ ਇਹਦੇ ਸਾਡਾ ਕਾਲਾ ਸਿਰਾ ਵੀ ਵਾਪਸ ਆ ਗਿਆ ਵਾ, ਅਤੇ ਇਹਨਾਂ ਦੇ ਨਾਲ ਹੀ ਜਿਹਨੂੰ ਆਪਾਂ ਕੱਲ੍ਹ ਖੋਲ੍ਹਿਆ ਸੀ, ਰੰਗ ਲੱਗੇ ਸੀ ਮੋਢਿਆਂ ਦੇ ਉੱਤੇ ਸਾਈਡ 'ਤੇ, ਸੋ ਉਹ ਕਬੂਤਰ ਨਿਕਲ ਗਿਆ, ਕਾਫੀ ਟਾਈਮ ਉੱਡਦਾ ਰਿਹਾ ਵਾ, ਬਾਅਦ ਵਿੱਚ ਕਿਸੇ ਮੈਨੂੰ ਨਿਕਲ ਗਿਆ ਵਾ, ਪਤਾ ਨਹੀਂ ਲੱਗਿਆ ਕਿਹੜੀ ਸਾਈਡ 'ਤੇ ਗਿਆ ਵਾ। ਸੋ ਦੇਖਦੇ ਵਾਪਸ ਆਉਂਦਾ ਕਿ ਨਹੀਂ ਆਉਂਦਾ ਹੈਗਾ। ਇੱਕ ਜਿਹੜਾ ਇਧਰ ਸਾਈਡ 'ਤੇ ਕਬੂਤਰ ਬੈਠਾ ਵਾ ਉਹ ਆਪਾਂ ਕੋਸ਼ਿਸ਼ ਕਰਦੇ ਵੀ ਜ਼ਰੂਰ ਫੜ ਕੇ, ਅਤੇ ਦੇਖਦੇ ਹਾਂ ਜੀ। ਤੋ ਇੱਥੇ ਆਪਾਂ ਕਬੂਤਰ ਆਪਣੇ ਸਾਰੇ ਖੋਲ੍ਹ ਦਿੱਤੇ ਆ, ਅਤੇ ਇਹਨਾਂ ਨੂੰ ਦਾਣਾ ਪਾਣੀ ਆਪਾਂ ਕਰਾਉਣਾ ਹਲੇ, ਦਾਣੇ ਪਾ ਦਿੱਤੇ ਆਪਾਂ। ਰੋਹਨ ਗਿਆ ਜੀ ਉੱਪਰ ਕਬੂਤਰ ਲੈਣ, ਅਤੇ ਦੇਖਦੇ ਹਾਂ ਕਬੂਤਰ ਫੜ ਪਾਉਂਦਾ ਕਿ ਨਹੀਂ ਫੜ ਪਾਉਂਦਾ, ਸੋ ਦੇਖਦੇ ਹਾਂ ਫਿਰ। ਇੱਧਰ ਸਾਡਾ ਕਬੂਤਰ ਇੱਕ ਵਾਪਸ ਆ ਗਿਆ, ਆਹ ਤੁਸੀਂ ਦੇਖ ਸਕਦੇ ਹੋ, ਅਤੇ ਜਿਹੜਾ ਸਾਡਾ ਕਬੂਤਰ ਨਵਾਂ ਉੱਡਿਆ ਸੀ ਉਹ ਕਬੂਤਰ ਤਾਂ ਗਿਆ, ਹੁਣ ਨਹੀਂ ਆਉਂਦਾ ਵਾਪਸ ਮੇਰੇ ਹਿਸਾਬ ਨਾਲ, ਜਿਹੜੇ ਹਿਸਾਬ ਨਾਲ ਚੱਲ ਗਿਆ ਵਾ, ਅਤੇ ਬਾਕੀ ਕੁਝ ਕਹਿ ਵੀ ਨਹੀਂ ਸਕਦੇ ਆਪਾਂ। ਇੱਧਰਲੀ ਸਾਈਡ ਨੂੰ ਘੁੰਮਦਾ ਘੁੰਮਦਾ ਬਾਰੇ ਪਾਲੀ ਸਾਈਡ 'ਤੇ ਨਿਕਲ ਗਿਆ ਵਾ, ਸੋ ਕਬੂਤਰ ਨਵਾਂ ਸੀ, ਅਤੇ ਬਾਕੀ ਕਬੂਤਰ ਜਿਹੜੇ ਨਵੇਂ ਉਡਾਏ ਸੀ ਉਹ ਆਪਣੇ ਵਾਪਸ ਆ, ਸਵੇਰੇ ਵੀ ਉਡਾਏ ਸੀ ਅਤੇ ਸ਼ਾਮ ਦੇ, ਹੁਣ ਤਾਂ ਸ਼ਾਮ ਦਾ ਟਾਈਮ ਹੀ, ਅਤੇ ਉੱਡ ਗਿਆ। ਉੱਧਰ ਸਾਡੇ ਖਰਗੋਸ਼, ਇਹਨਾਂ ਨੂੰ ਪੱਠੇ ਪਾਉਣੇ ਆਪਾਂ ਹਲੇ, ਅਤੇ ਉੱਧਰ ਖਰਗੋਸ਼ਾਂ ਨੂੰ ਵੀ ਪੱਠੇ ਪਾਉਣੇ ਆ, ਸੋ ਸਾਰਿਆਂ ਨੂੰ ਪੱਠੇ ਪਾ ਦਿੰਦੇ ਹਾਂ ਜੀ। ਚਲੋ ਜੀ, ਇੱਥੇ ਪਾ ਦਿੱਤੇ ਆਪਾਂ ਆਪਣੇ ਖਰਗੋਸ਼ਾਂ ਨੂੰ ਪੱਠੇ, ਅਤੇ ਉੱਥੇ ਪਿੱਛੇ ਦੇਖੋ ਤੁਸੀਂ ਛੋਟੇ ਛੋਟੇ ਜਿਹੜੇ ਬੱਚੇ, ਵਾਹ ਯਾਰ ਕਿਹੜੇ ਕਿਹੜੇ ਹੋ ਗਏ, ਆਹ ਦੇਖੋ ਵੱਡੇ ਬੱਚੇ ਇਹ ਆ, ਅਤੇ ਛੋਟੇ ਬੱਚੇ ਆਹ ਦੇਖੋ ਦੇਖੋ, ਓਏ 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 ਕਿਆ ਬਾਤਾਂ, ਅਤੇ ਆਹ ਦੇਖੋ ਜਿਹੜੇ ਦੂਸਰੇ ਬੱਚੇ ਸਾਡੇ, ਸੋ ਇਹ ਕਾਫੀ ਵੱਡੇ ਹੋ ਗਏ ਆ, ਅਤੇ ਪੱਠੇ ਇਹਨਾਂ ਨੂੰ ਪਾ ਦਿੱਤੇ ਆ। ਚਲੋ ਵੀ ਖਾਓ, ਮਸਤੀ ਕਰੋ ਜੀ, ਚਲੋ ਚੱਲਦੇ ਹਾਂ ਜੀ ਆਪਾਂ ਦੂਜੀ ਸਾਈਡ 'ਤੇ। ਪਿਗ ਨੂੰ ਪਾਉਂਦੇ ਆ ਜੀ ਹੁਣ ਪੱਠੇ 'ਤੇ, ਚੱਲਦੇ ਹਾਂ ਜੀ ਗਿਨੀ ਪਿਗ ਦੇ ਕੇਜ ਵਾਲੀ ਸਾਈਡ 'ਤੇ, ਅਤੇ ਚਲੋ ਜੀ ਆ ਗਏ ਗਿਨੀ ਪਿਗ ਵਾਲਾ, ਅਤੇ ਉਹ ਦੇਖੋ ਸਾਰੇ ਕਿਵੇਂ ਦੇਖ ਰਹੇ ਆ। ਹਾਂ ਬਈ ਆ ਗਏ ਆ ਗਏ ਬੱਚੇ, ਆ ਗਏ ਆ ਗਿਆ ਬਈ ਆ ਗਿਆ, ਇਹ ਆ ਲਓ ਜੀ, ਸੋ ਖਾਓ ਵੀ ਪੱਠੇ, ਖਾ ਲਓ ਵੀ, ਕੱਲ੍ਹ ਖਾ ਲਓ ਖਾ ਲਓ, ਥੱਲੇ ਦੇਖਣ ਦੇ ਯਾਰ ਭੈਣਾਂ ਵਾਲੀ ਸਾਈਡ 'ਤੇ ਵੀ ਇੱਥੇ ਡਿੱਗ ਗਏ ਹੋਣੇ ਨਾ। ਚਲੋ ਆ ਜਾਓ ਇੱਧਰ ਆ ਜਾਓ, ਚਲੋ ਇੱਧਰ ਆ ਜਾਓ। ਚਲੋ ਜੀ ਪੱਠੇ ਪਾ ਦਿੱਤੇ ਆ, ਅਤੇ ਕਾਫੀ ਖੁਸ਼ ਆ, ਅਤੇ ਹੁਣ ਆਪਾਂ ਦੇਖਦੇ ਯਾਰ ਆਪਣੀ ਜੀ ਆਪਣੀ ਬਜਿਸ਼ ਦੀ ਸਪੀਡ ਫੂਡ ਹੈਗੀ ਕਿ ਨਹੀਂ। ਸੋ ਮੇਰੇ ਹਿਸਾਬ ਨਾਲ ਇੱਥੇ ਵੀ ਇਹਨਾਂ ਦੀ ਸਪੀਡ ਖਤਮ ਆ, ਅਤੇ ਇਹ ਆਪਾਂ ਇੱਕ ਸਾਈਡ 'ਤੇ ਢੇਰੀ ਲਾ ਦਿੰਦੇ, ਇਹਦੇ ਵਿੱਚ ਕੋਈ ਦਾਣਾ ਦੂਣਾ ਹੋਏਗਾ ਤਾਂ ਸਾਡੇ ਗਿਨੀ ਪਿਗ ਖਾ ਲੈਣਗੇ, ਅਤੇ ਆਪਾਂ ਇਹਦੇ ਵਿੱਚ ਹੋਰ ਪਾ ਦਿੰਦੇ ਹਾਂ ਜੀ। ਅਤੇ ਬੱਚੇ ਚੈੱਕ ਕਰੋ, ਐਂ ਸਾਰੇ ਵਧੀਆ, ਬਾਕੀ ਯਾਰ ਆਪਾਂ ਦੇਖੀਏ ਅੱਜ ਬੱਚੇ ਜਿਹੜੇ ਇਹਨਾਂ ਨੇ ਇੱਥੇ ਦਿੱਤੇ ਸੀ, ਇਹ ਸ਼ਾਇਦ ਆਂਡੇ ਉਹਨੇ ਦੇ ਰਹੀ ਆ,
ਤੇ ਇਹਦੇ ਵਿੱਚ ਯਾਰ ਬੱਚਾ ਜਿਹੜਾ ਨਾ ਇਹਦਾ ਇਹੀ ਆ, ਮੈਂ ਇਹਨੂੰ ਕੱਢ ਕੇ ਬਾਹਰ ਅਤੇ ਕੱਲ੍ਹ ਵੀ ਇਹਨੂੰ ਫੀਡ ਫੂਡ ਜੀ ਕਰਾਈ ਸੀ ਆਪ, ਅਤੇ ਉੱਦਾਂ ਤਾਂ ਫੀਡ ਕਰਾਉਂਦੇ ਹੀ ਇਹਨੂੰ। ਸੋ ਇੱਧਰ ਬੱਚੇ ਤਿੰਨ ਬੱਚੇ ਕੱਢੇ, ਬਾਕੀ ਇਹਨਾਂ ਦੇ ਲੈਣੇ ਆਂਡੇ ਪਏ ਆ। ਸੋ ਇਹਦੇ ਜਿਹੜੀ ਬੰਜਿਸ ਜਾਂਦੀ ਹੈ ਡੇਲੀ, ਉਹ ਤੇਰੇ ਸਦਕੇ। ਉਹ ਯਾਰ ਕਿਆ ਬਾਤਾਂ, ਆਹ ਦੇਖੋ ਬੰਜਿਸ ਨੇ ਯਾਰ ਦੇ ਦਿੱਤੇ ਆਂਡੇ। ਵਾਹ ਪਦਿੱਤੇ ਯਾਰ ਇਹਨਾਂ ਨੇ ਗਲਤ ਸਾਈਡ 'ਤੇ ਆ ਆਂਡਾ, ਉੱਥੋਂ ਇੱਧਰ ਨੂੰ ਕਿਉਂ ਡਿੜ ਕੇ ਆਉਣਾ ਚਾਹੀਦਾ ਨਹੀਂ ਆ। ਇੱਦਾਂ ਕਰਦੇ ਇੱਧਰਲੀ ਸਾਈਡ 'ਤੇ ਕੋਈ ਚੀਜ਼ ਲਾ ਦਿੰਦੇ ਹਾਂ ਤਾਂ ਕਿ ਜਿਹੜੇ ਆਂਡੇ ਪਿੱਛੇ ਪਿੱਛੇ ਰਹਿਣ। ਇੱਧਰਲੀ ਸਾਈਡ ਤੁਹਾਨੂੰ ਦੇਖੀਏ, ਨਹੀਂ ਆਂਡੇ ਨੇ ਇਹੀ ਦਿੱਤੇ ਸਾਹਮਣੇ। ਸ਼ੁਰੂਆਤ ਬਹੁਤ ਵਧੀਆ ਗੱਲ ਯਾਰ, ਨੈਚੁਰਲ ਦੇ ਵਿੱਚ ਨੈਚੁਰਲ ਪਾਵਰ ਕਹਿੰਦੇ ਆਪਾਂ ਇਹਨੂੰ, ਅਤੇ ਇਹਨਾਂ ਨੇ ਆਂਡੇ ਦਿੱਤੇ। ਇੱਥੇ ਬੱਜਿਸ ਬੈਠੀ ਹੋਈ ਆ। ਸੋ ਇੱਕ ਇਹਦੇ ਵਿੱਚ ਵੀ ਬੱਚਾ ਹੈਗਾ ਸੀ, ਇਹ ਵੀ ਆਪਾਂ ਦੇਖ ਲੈਂਦੇ ਹਾਂ। ਯਾਰ ਬੱਚਾ ਵੀ ਕਾਫੀ ਵਧੀਆ ਵਾ ਅਤੇ ਵਾਹਵਾ ਵੱਡਾ ਹੋ ਗਿਆ ਵਾ ਅਤੇ ਬਹੁਤ ਵਧੀਆ। ਇੱਧਰ ਮੇਰੇ ਹਿਸਾਬ ਨਾਲ ਕੋਈ ਨਹੀਂ ਗਿਆ ਹਾਲੇ ਤੱਕ, ਸੋ ਫ੍ਰੀ ਹੈ ਬੌਕਸ ਵੀ। ਉਹ ਵਾਹ ਇਹਦੇ ਵਿੱਚ ਵੀ ਆਂਡਾ ਦਿੱਤਾ ਜੀ, ਕਿਆ ਬਾਤ ਹੈ ਯਾਰ। ਸੋ ਇਹਦੇ ਵਿੱਚ ਵੀ ਦੇਖ ਲੈਂਦੇ ਹਾਂ, ਨਹੀਂ ਇਹਦੇ ਵਿੱਚ ਕੁਛ ਨਹੀਂ ਆ। ਉਹ ਇਹਦੇ ਵਿੱਚ ਵੀ ਲੱਗਦਾ ਹੈਗਾ ਨਾ, ਨਹੀਂ ਨਹੀਂ ਉਹ ਡੰਡੇ ਦੀ ਡੰਡੀ ਲੱਗਦੀ ਮੈਨੂੰ, ਉਹਦੇ ਵਿੱਚ ਨਹੀਂ ਦਿੱਤਾ ਹੈਗਾ। ਸੋ ਬਹੁਤ ਵਧੀਆ ਹੋ ਗਿਆ ਸਿਸਟਮ, ਅਤੇ ਇਹਨਾਂ ਨੇ ਆਂਡੇ ਆਂਡੇ ਕਰਤੇ ਸਾਈਡਾਂ 'ਤੇ ਅਤੇ ਬਹੁਤ ਵਧੀਆ ਹੋ ਗਿਆ ਵਾ। ਸੋ ਆਪਾਂ ਇਹਨਾਂ ਨੂੰ ਪਾ ਦਿੰਦੇ ਜੀ ਫੀਡ ਹੁਣ, ਅਤੇ ਲਓ ਜੀ ਇੱਥੇ ਪਾ ਦਿੱਤੀ ਫੀਡ। ਸੋ ਆਹ ਰੱਖਦਾ ਕੱਪ ਇੱਥੇ, ਅਤੇ ਚੱਲਦੇ ਹਾਂ ਜੀ ਬਾਹਰ, ਅਤੇ ਇਹਨਾਂ ਨੇ ਪੱਠੇ ਆਪੇ ਖਾ ਲੈਣੇ, ਆਈ ਮੀਨ ਦਾਣੇ ਖਾ ਲੈਣੇ, ਮਲਕੀ ਜੋ ਵੀ ਕੰਗਣੀ ਪਾਈ ਇਹ ਖਾਣਗੇ। ਸੋ ਇੱਥੇ ਇਹਨਾਂ ਦਾ ਆਪਣੇ ਜੋ ਸਾਡੇ ਕਬੂਤਰ ਆ ਇਹਨਾਂ ਦੇ ਵੀ ਦਾਣੇ ਹਲੇ ਹੈਗੇ ਆ, ਅਤੇ ਪਾਣੀ ਵੀ ਹੈਗਾ ਹਲੇ। ਸੋ ਬਾਅਦ ਵਿੱਚ ਫਿਰ ਪਾ ਦਾਂਗੇ ਇਹਨਾਂ ਨੂੰ ਵੀ ਅੱਗੇ ਆਪਾਂ ਕੇਸ ਤੋਂ ਬਾਅਦ। ਅਤੇ ਇੱਧਰ ਸਾਨੂੰ ਜਾਵਾ ਫਿੰਚ ਉਹ ਵੀ ਦਿਖਾ ਦਿੰਦੇ ਹਾਂ, ਅਤੇ ਲਓ ਜੀ ਜਾਵਾ ਫਿੰਚ ਦਾ ਇੱਥੇ ਸਾਰਾ ਹੀ ਖਾਣ ਪੀਣ ਦਾ ਸਮਾਨ ਪੂਰਾ ਵਾ, ਕੌਲੀ ਭਰੀ ਪਈ ਹੈ, ਪਾਣੀ ਹੈਗਾ ਵਾ, ਅਤੇ ਬਾਕੀ ਓਕੇ ਆ ਜੀ ਸੈੱਟ ਵਾ। ਮੇਰੇ ਹਿਸਾਬ ਨਾਲ ਇਹ ਵਿੱਚ ਜਾਣ ਡੈ ਪਈਆਂ ਵਾ ਅਤੇ ਪੈਂਦੀਆਂ ਵੀ ਆ, ਅਤੇ ਆਂਡੇ ਉਂਡੇ ਦੇਣ ਦੀ ਇਹਨਾਂ ਦੀ ਜਲਦੀ ਮੇਰੇ ਨਾਲ ਤਿਆਰੀ ਹੋਏਗੀ। ਤਾਂ ਫਿਲਹਾਲ ਤਾਂ ਇਹਨਾਂ ਆਂਡੇ ਨਹੀਂ ਦਿੱਤੇ ਹੈਗੇ, ਮੈਂ ਦੇਖੇ ਵੀ ਸੀ। ਸੋ ਇੱਧਰ ਚੱਲਦੇ ਹੁਣ ਆਪਣੇ ਕਬੂਤਰ ਵਿਖਾਉਂਦੇ ਤੁਹਾਨੂੰ, ਨਾਲੇ ਸਾਡੀਆਂ ਬੱਤਕਾਂ ਵੀ ਸਾਰੀਆਂ ਖੁੱਲੀਆਂ ਹੋਈਆਂ ਵਾ, ਠੀਕ ਹੈ ਜੀ, ਅਤੇ ਸਾਰੇ ਓਕੇ ਆ। ਇੱਥੇ ਆਪਣੀ ਜਿਹੜੀ ਮੁਰਗੀ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਅਤੇ ਖੁੱਡੇ ਦੇ ਅੰਦਰ ਚਲ ਗਈ। ਫਿਰ ਆਹ ਤੁਸੀਂ ਦੇ ਸਕਦੇ ਹੋ ਦਾਣਾ ਪਾਣੀ ਕਰਕੇ ਸਾਰਿਆਂ ਨੂੰ ਅੰਦਰ ਲੈ ਗਏ ਆ, ਅਤੇ ਪਾਣੀ ਇੱਥੇ ਰੱਖਿਆ ਵਾ ਅਤੇ ਸਾਰੇ ਓਕੇ ਜੀ। ਹਾਂ ਭਈਆ ਆ ਜਾਓ ਵੀ ਆ ਜਾਓ, ਅਤੇ ਉੱਥੇ ਲੱਗਦਾ ਮੈਨੂੰ ਵੀ ਲੱਕੇ ਨੇ ਆਂਡੇ ਦਵਾਤੇ ਆ, ਅਤੇ ਇਹਨੇ ਯਾਰ ਖਰਾਬ ਹੀ ਕਰਨੇ ਆ। ਅਤੇ ਆਹ ਲੱਗਿਆ ਦਰਾਂ ਦਾ ਜੋੜਾ, ਅਤੇ ਉਧਰਲੀ ਸਾਈਡ 'ਤੇ ਕਬੂਤਰੀ ਬੈਠੀ ਆਂਡੇ 'ਤੇ, ਅਤੇ ਬਾਕੀ ਓਕੇ ਆ ਜੀ, ਕੰਮ ਸੈੱਟ ਹੀ ਆ, ਠੀਕ ਆ ਜੀ। ਅਤੇ ਕਬੂਤਰ ਆਵਾਰਾ ਆਇਆ ਸੀ, ਅਤੇ ਉਹ ਕਬੂਤਰ ਤੁਸੀਂ ਦੇਖਿਆ ਕਿ ਇਧਰਲੀ ਸਾਈਡ 'ਤੇ ਬਹਿ ਗਿਆ ਸੀ, ਅਤੇ ਰੋਹਨ ਆਇਆ ਉਹ ਉੱਪਰ ਜਾ ਕੇ ਸ਼ਾਇਦ ਕਬੂਤਰ ਕੋਲ ਫੜਿਆ ਗਿਆ ਕਿ ਨਹੀਂ ਫੜਿਆ ਗਿਆ, ਮੈਂ ਵੀ ਨਹੀਂ ਧਿਆਨ ਦਿੱਤਾ, ਅਤੇ ਕਾਫੀ ਦੇਰ ਦਾ ਖਲੋਤਾ ਉਸ 'ਤੇ ਹੈਗਾ ਸੀ। ਸੋ ਮੇਰੇ ਹਿਸਾਬ ਨਾਲ ਕਬੂਤਰ ਕੋਲ ਫੜਿਆ ਨਹੀਂ ਗਿਆ ਹੈਗਾ, ਅਤੇ ਕਬੂਤਰ ਉੱਡ ਗਿਆ ਵਾ ਅਤੇ ਚਲ ਗਿਆ ਵਾਪਸ। ਅਤੇ ਜਿਹੜਾ ਸਾਡਾ ਕਬੂਤਰ ਉੱਡਿਆ ਸੀ ਯਾਰ ਉਹ ਤਾਂ ਗਿਆ, ਉਹ ਨਹੀਂ ਆਇਆ ਹੈਗਾ, ਅਤੇ ਚਲੋ ਜੋ ਹੋਣਾ ਸੀ ਹੋ ਗਿਆ ਵਾ। ਇਹਦੇ ਜਿਹੜਾ ਸਾਡਾ ਕਬੂਤਰ ਨਵਾਂ ਸੀ ਇਹ ਵੀ ਤੁਸੀਂ ਚੈੱਕ ਕਰੋ, ਹਾਂ ਵੀ ਪੈਰ ਚੱਕਿਆ ਉੱਪਰ, ਇਹ ਜਰਾਬਾਂ ਵਾਲਾ ਕਬੂਤਰ ਚੈੱਕ ਕਰੋ ਜੀ, ਕਬੂਤਰ ਬਹੁਤ ਸੋਹਣਾ ਵਾ, ਬਹੁਤ ਹੀ ਪਿਆਰਾ ਵਾ। ਅਤੇ ਯਾਰ ਇੱਥੇ ਸਾਡੇ ਮੁਰਗੇ ਬਹੁਤ ਹੀ ਲੜਦੇ ਆ, ਹੁਣ ਮੈਂ ਵੀਡੀਓ 'ਚ ਦਿਖਾ ਨਹੀਂ ਸਕਦਾ ਹੈਗਾ, ਜਦੋਂ ਵੀਡੀਓ ਦਿਖਾਉਂਦਾ ਇੱਕ ਵਾਰੀ ਮੈਂ ਸ਼ੋਰਟ ਵੀਡੀਓ ਪਾਈ ਸੀ ਇਹਨਾਂ ਦੀ, ਅਤੇ ਉਹਨਾਂ ਨੇ ਵੀਡੀਓ ਜਿਹੜੀ ਸੀ ਉਹ ਮਤਲਬ ਡਿਲੀਟ ਕਰਤੀ ਸੀ, ਸੋ ਇਸ ਕਰਕੇ ਮੈਂ ਹੁਣ ਨਹੀਂ ਪਾਉਣਾ ਚਾਹੁੰਦਾ ਵੀ ਇਹਨਾਂ ਨੂੰ ਪਾਵਾਂ ਫੇਰ, ਅਤੇ ਕੋਈ ਮੇਰੇ 'ਤੇ ਕੋਈ ਕਲੇਮ ਕਲੂਮ ਆਵੇ ਜਿਹੜਾ, ਸੋ ਇਸ ਕਰਕੇ ਮੈਂ ਵੀਡੀਓ 'ਚ ਨਹੀਂ ਤਾਂ ਦਿਖਾ ਸਕਦਾ। ਸੋ ਬਾਕੀ ਇੱਥੇ ਆ ਸਾਡਾ ਤੂਫਾਨ ਤੁਸੀਂ ਦੇਖ ਸਕਦੇ ਹੋ, ਤੂਫਾਨ ਅੱਗੇ ਨੂੰ ਵਾਹ ਵਧੀਆ ਹੋ ਰਿਹਾ ਵਾ। ਅਤੇ ਇਹਦੇ ਜਿਹੜੇ ਪੈਰ ਦੇ ਵਿੱਚ ਕਿੱਲ ਜਿਹੇ ਹੁੰਦੇ ਨਾ ਉਹ ਹਲੇ ਆਏ ਨਹੀਂ ਹੈਗੇ, ਅਤੇ ਉਹ ਵੀ ਆਉਣ ਦੀ ਤਿਆਰੀ 'ਚ ਵਾ ਫਿਲਹਾਲ, ਨਹੀਂ ਹੈਗੇ ਲੇ ਕਿਉਂਕਿ ਲੇ ਪੱਠਾ ਹੀ ਆ, ਇੰਨਾ ਵੱਡਾ ਨਹੀਂ ਹੈਗਾ। ਸੋ
ਜਲਦੀ ਹੀ ਆਉਣਗੇ ਉਹ ਵੀ, ਫਿਰ ਆਪਾਂ ਇਹਦੀ ਕਦੀ ਫਾਈਟ ਵੀ ਕਰਾ ਕੇ ਵੇਖਾਂਗੇ ਵੀ ਇਹ 'ਚ ਕਿੰਨਾ ਕੁ ਜ਼ੋਰ ਹੈਗਾ। ਕਿ ਮਾਸਟਰ ਕੇ ਇਹਦੇ ਵਿੱਚ ਜਿਹੜੀ ਕੁੱਜੀ ਜੀ ਪਈ ਆ ਉਹ 'ਚ ਆਪਾਂ ਕਣਕ ਪਾ ਦਈਏ, ਅਤੇ ਲਓ ਜੀ ਉਹ 'ਚ ਕਣਕ ਪਾ ਦਿੱਤੀ ਆ। ਅਤੇ ਮੈਂ ਕਿਹਾ ਖਰਗੋਸ਼ ਉਹ ਦੇਖੋ ਬੜੇ ਸ਼ੌਂਕ ਨਾਲ ਖਾਂਦੇ ਆ ਜਦੋਂ ਫ੍ਰੀ ਹੁੰਦੇ ਨਾ, ਅਤੇ ਜੇ ਪੱਠਿਆਂ ਨੂੰ ਘੱਟ ਵੀ ਪੈਣਗੇ ਤਾਂ ਕਣਕ ਆਪਾਂ ਰੱਖ ਦਿੱਤੀ ਆ, ਇਹਨਾਂ ਨੇ ਖਾਂਦੇ ਰਹਿਣਾ ਮਜ਼ੇ ਨਾਲ। ਠੀਕ ਆ ਜੀ, ਸੋ ਆਪਾਂ ਬੰਦ ਕਰ ਦਿੰਦੇ ਹਾਂ, ਬਾਕੀ ਬੰਦ ਕਰਕੇ ਚੱਲਦੇ ਹਾਂ ਜੀ ਹੁਣ ਦੂਜੀ ਸਾਈਡ 'ਤੇ। ਫਿਰ ਅਰਸ਼ ਵੀਰੇ ਕਮੈਂਟ ਫੇਅਰ ਕਰਦਾ ਪਿਆ ਮੇਰਾ ਵੀਰ ਕੇ, ਕਹਿ ਰਿਹਾ ਕਿ ਕਬੂਤਰ ਵੈਸੇ ਮੇਰੇ ਕੋਲ ਹੈਗਾ ਸੀ ਲੇਕਿਨ ਮੇਰੇ ਕੋਲ ਇੱਕ ਜੌਂਸਾ ਕਬੂਤਰ ਵੀ ਹੈਗਾ ਸੀ, ਅਤੇ ਕਹਿੰਦੇ ਮੈਂ ਤਾਂ ਕਰਕੇ ਕਬੂਤਰੀ ਕਿਹਾ ਸੀ। ਵੀਰੇ ਨਾ ਕੋਈ ਨਹੀਂ ਆ, ਕਬੂਤਰ ਦੇਵਾਂਗੇ ਫਿਲਹਾਲ, ਮੇਰੇ ਕੋਲ ਵੀ ਤੁਹਾਨੂੰ ਪਤਾ ਵੀ ਨਵਾਂ ਨਵਾਂ ਸਿਸਟਮ ਹਲੇ, ਅਤੇ ਤੁਹਾਡਾ ਵਾਅਦਾ ਰਿਹਾ ਮੈਂ ਕਬੂਤਰ ਤੁਹਾਨੂੰ ਪੱਕਾ ਜ਼ਰੂਰ ਦਊਂਗਾ। ਠੀਕ ਆ ਜੀ, ਸੋ ਤੁਹਾਨੂੰ ਕਿਹਾ ਤਾਂ ਵਾ ਤਾਂ ਕਬੂਤਰ ਤੁਹਾਨੂੰ ਪੱਕਾ ਦਊਂਗਾ, ਕੋਈ ਹੋ ਸਕਦਾ ਆਪਾਂ ਚੰਗਾ ਤੁਹਾਨੂੰ ਕਬੂਤਰ ਦੇ ਦਈਏ। ਠੀਕ ਆ, ਸੋ ਨਰਾਜ਼ੀ ਵਾਲੀ ਗੱਲ ਕੋਈ ਨਹੀਂ ਹੈਗੀ, ਅਤੇ ਜ਼ਰੂਰ ਤੁਹਾਨੂੰ ਕਮੈਂਟਾਂ ਜੋ ਕਮੈਂਟਾਂ ਜੇ ਤੁਸੀਂ ਕਿਹਾ ਵਾ ਤਾਂ ਆਪਾਂ ਜ਼ਰੂਰ ਤੁਹਾਨੂੰ ਇੱਕ ਕਬੂਤਰੀ ਜ਼ਰੂਰ ਦੇਵਾਂਗੇ। ਠੀਕ ਆ ਜੀ, ਸੋ ਇਹ ਵਾਅਦਾ ਰਿਹਾ ਮੇਰਾ ਤੁਹਾਡੇ ਨਾਲ। ਬਾਕੀ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗੀ, ਗੁੱਸਾ ਮੈਂ ਭਰਾ ਕੀ ਤੁਹਾਨੂੰ ਕਰਨਾ ਵਾ। ਠੀਕ ਆ, ਇਹ ਤੁਹਾਡੇ ਨਾਲ ਹੀ ਸਾਰਾ ਕੁਝ ਚੱਲਣ ਡਿਆ ਵਾ, ਜੇ ਆਪਾਂ ਗੁੱਸੇ ਵਾਲੀ ਗੱਲ ਕਰੀਏ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗੀ, ਅਤੇ ਬਸ ਬਾਕੀ ਚੱਲਦਾ ਰਹਿੰਦਾ ਵਾ ਇੱਦਾਂ ਕੰਮ। ਅਤੇ ਕੋਈ ਨਹੀਂ, ਤੁਹਾਡਾ ਵਾਅਦਾ ਜਿਹੜਾ ਕੀਤਾ ਵਾ ਇਹ 'ਤੇ ਆਪਾਂ ਪੂਰੇ ਉਤਰਾਂਗੇ, ਤੁਹਾਨੂੰ ਕਬੂਤਰੀ ਇੱਕ ਜ਼ਰੂਰ ਮਿਲੂਗੀ ਚੰਗੀ। ਠੀਕ ਆ ਜੀ, ਉਹ ਵੀ ਚੰਗੀ ਮਿਲੂਗੀ, ਮਾੜੀ ਨਹੀਂ। ਯਾਨੀ ਕਿ ਯਾਰ ਆਪਾਂ ਨਾ ਕਮੈਂਟ ਜਿਹੜੇ ਵੱਖਰੇ ਪੜ੍ਹਦੇ ਨਾ ਆਪਾਂ ਵਿੱਚੇ ਵੀਡੀਓ 'ਤੇ ਪੜ੍ਹਦਿਆ ਕਰਦੇ ਹਾਂ। ਠੀਕ ਆ ਜੀ, ਅਤੇ ਜਿਹੜਾ ਅਗਲਾ ਕਮੈਂਟ ਕਰਨਾ ਹੈ ਮੇਰਾ ਵੀਰ ਹੈਗਾ ਜੀ ਸਟਾਰ ਸਟੂਡੀਓ ਉੜਮੋ ਟਾਂਡਾ। ਸੋ ਵੀਰ ਜੀ ਕਹਿੰਦੇ ਵੀ ਖਰਗੋਸ਼ ਬੜੇ ਪਿਆਰੇ ਲੱਗ ਰਹੇ ਆ ਤੁਹਾਡੇ, ਵੀਰੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਅਤੇ ਖਰਗੋਸ਼ ਵਾਕਿਆ ਹੀ ਬੜੇ ਪਿਆਰੇ ਆ, ਅਤੇ ਤਾਂ ਪਿਆਰੇ ਲੱਗਦੇ ਪਏ ਆ। ਠੀਕ ਆ ਜੀ, ਘਰ ਵਾਲੇ ਕੀ ਹਾਲ ਵਲੋਗ। ਸੋ ਵੀਰ ਜੀ ਕਹਿ ਰਹੇ ਨਾਈਸ ਵੀਡੀਓ, ਸੋ ਬਹੁਤ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ। ਇਹ ਤੁਹਾਡਾ ਪਿਆਰ ਹੀ ਆ ਕਿ ਵੀਡੀਓ ਵਧੀਆ ਲੱਗਦੀ ਪਈ ਆ। ਠੀਕ ਆ ਜੀ, ਸੋ ਮੈਨੂੰ ਤਾਂ ਕੁਝ ਖਾਸ ਹੁੰਦਾ ਨਹੀਂ ਕਿ ਮੈਂ ਵਿੱਚ ਕੁਆਲਿਟੀ ਹੋਵੇ ਤੁਹਾਨੂੰ ਮੈਂ ਵਧੀਆ ਵਧੀਆ ਵੀਡੀਓ ਵਿਖਾਵਾਂ, ਮੇਰੇ 'ਚ ਕੋਈ ਉਹੋ ਜਿਹੀ ਕੁਆਲਿਟੀ ਨਹੀਂ ਹੈਗੀ। ਬਸ ਤੁਹਾਡੇ ਕਹਿਣ 'ਤੇ ਆ, ਤੁਸੀਂ ਕਹਿੰਦੇ ਹੋ ਵੀ ਵਧੀਆ ਤਾਂ ਮੈਂ ਵੀਡੀਓ ਬਣਾਈ ਜਾਂਦਾ ਵਾਂ, ਅਤੇ ਚਲੋ ਬਾਬਾ ਜੀ ਚਲਾਈ ਜਾਣ ਡੇ ਆ। ਠੀਕ ਆ ਜੀ, ਬਹੁਤ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ। ਤੁਸੀਂ ਕਹਿ ਰਹੇ ਆ ਜੀ ਨਾਈਸ ਵੀਡੀਓ, ਥੈਂਕ ਯੂ ਵੀਰੇ, ਬਹੁਤ ਬਹੁਤ ਸ਼ੁਕਰੀਆ। ਅਤੇ ਕਬੂਤਰ ਸਾਡੇ ਕਿਵੇਂ ਦੇ ਲੱਗੇ ਤੁਹਾਨੂੰ ਦੱਸੋ, ਅਤੇ ਜਿਹੜਾ ਕੱਲ੍ਹ ਕਬੂਤਰ ਲਿਆਂਦਾ ਸੀ ਉਹਦੇ ਬਾਰੇ ਵੀ ਕਿਸੇ ਨੇ ਕਮੈਂਟਾਂ ਵਿੱਚ ਦੱਸਿਆ, ਸੋ ਉਹਦੇ ਬਾਰੇ ਵੀ ਯਾਰ ਦੱਸੋ, ਜਿਹੜਾ ਆਪਾਂ ਜਰਾਬਾਂ ਵਾਲਾ ਇੰਡੀਆ ਵਧੀਆ ਕਬੂਤਰ ਲੈ ਕੇ ਆਉਂਦਾ, ਕਿ ਇਹਨੇ ਵੀ ਯਾਰ ਕਮੈਂਟ ਨਹੀਂ ਕੀਤਾ, ਉਹਦੇ ਬਾਰੇ ਵੀ ਜ਼ਰੂਰ ਦੱਸਿਓ ਅਗਲੀ ਵੀਡੀਓ 'ਚ। ਠੀਕ ਹੈ ਜੀ, ਵੀ ਜਗਮੀਤ ਢਿੱਲੋਂ ਜੀ ਕੀ ਹਾਲ ਚਾਲ ਜੇ, ਹੋਰ ਠੀਕ ਜੇ। ਸੋ ਵੀਰ ਦਾ ਵੀ ਕਮੈਂਟਾਂ ਜੀ ਕਹਿੰਦੇ ਨਾਈਸ ਵੀਡੀਓ, ਥੈਂਕ ਯੂ ਵੀਰੇ, ਬਹੁਤ ਬਹੁਤ ਸ਼ੁਕਰੀਆ। ਢਿੱਲੋਂ ਸਾਹਿਬ, ਸੋ ਢਿੱਲੋਂ ਪਿਜਨ, ਸੋ ਵੀਰੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵੀਰ ਜੀ ਕਹਿ ਰਹੇ ਕਿ ਨਾਈਸ ਵੀਡੀਓ, ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਵੀਡੀਓ ਦੇਖਦੇ ਹਾਂ ਆੜੀਆਂ ਤੁਸੀਂ, ਅਤੇ ਰੋਜ਼ ਕਿੰਨੇ ਵਧੀਆ ਤੋਂ ਵਧੀਆ ਕਮੈਂਟ ਕਰਦੇ ਹੋ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਅਤੇ ਬਸ ਇੱਦਾਂ ਪਿਆਰ ਦਿੰਦੇ ਰਹੋ, ਠੀਕ ਹੈ ਜੀ, ਅਤੇ ਆਪਾਂ ਤੁਹਾਡਾ ਅਸੀਂ ਇੱਦਾਂ ਵੀਡੀਓ ਲਿਆਉਂਦੇ ਰਹਾਂਗੇ। ਸੋ ਅੱਗੇ ਤੋਂ ਆਪਾਂ ਕੋਈ ਨਾ ਕੋਈ ਵਧੀਆ ਵੀਡੀਓ ਲੈ ਕੇ ਆਵਾਂਗੇ। ਸੋ ਮੇਰਾ ਧਿਆਨ ਭਰਨਾ ਪਿਆ ਵੀ ਆਪਾਂ ਹੁਣ ਬਰਡ ਆਪਾਂ ਹੋਰ ਨਵੇਂ ਲੈ ਕੇ ਆਈਏ, ਸੋ ਥੋੜ੍ਹਾ ਜਿਹੜਾ ਆਪਣਾ ਸੈਟਅਪ ਆ ਨਾ ਥੋੜ੍ਹੀ ਇਹਦੀ ਹੋਰ ਥੋੜ੍ਹੀ ਬਹੁਤੀ ਤਰੱਕੀ ਕਰੀਏ, ਨਾ ਕਿ ਆਪਾਂ ਇੰਨੀਆਂ ਚੀਜ਼ਾਂ 'ਚ ਸਿਮਰਤ ਰਹਿਣਾ ਵਾ। ਆਪਾਂ ਦਾ ਧਿਆਨ ਆਪਾਂ ਇੱਕ ਲਵਬਰਡ ਦਾ ਜੋੜਾ ਲੈ ਕੇ ਆਉਣਾ ਵਾ, ਅਤੇ ਹੁਣ ਜਿੱਦਾਂ ਅੰਮ੍ਰਿਤਸਰ ਜਾਵਾਂਗੇ ਨਾ ਕੁਛ ਨਾ ਕੁਛ ਵਧੀਆ ਜੀ ਕੋਈ ਵਰਾਇਟੀ ਲੈ ਕੇ ਆਉਂਦੇ ਹਾਂ, ਇੱਕ ਦੋ ਵਰਾਇਟੀਆਂ ਜ਼ਰੂਰ ਲੈ ਕੇ ਆਵਾਂਗੇ। ਸੋ ਥੋੜ੍ਹੀ ਜਿਹੀ ਕਮੀ ਹਲੇ ਚੱਲਦੀ ਪਈ ਆ ਮਾਇਆ ਦੀ, ਠੀਕ ਹੈ ਜੀ, ਸਿੱਧੀ ਜਿਹੜੀ ਗੱਲ ਆ। ਅਤੇ ਬਸ ਇਹਦਾ ਕਰਕੇ ਮੈਂ ਚੱਲਦਾ ਨਹੀਂ ਪਿਆ ਅੱਗੇ, ਮੈਂ ਤੁਹਾਨੂੰ ਐਵੇਂ ਕਹੀ ਜਾਵਾਂ ਵੀ ਮੈਂ ਇੱਦਾਂ ਕਰ ਦਿੰਦਾ, ਬਸ ਇਹੀ ਆ ਕਿ ਜਿੱਦਣ ਉਹ ਥੋੜ੍ਹਾ ਬਹੁਤਾ ਹੋ ਗਿਆ ਮੇਰੇ ਕੋਲ ਸੈਟਅਪ, ਅਤੇ ਫਿਰ ਮੈਂ ਆਪਾਂ ਕੁਛ ਨਾ ਕੁਛ ਲੈ ਕੇ ਆਵਾਂਗੇ। ਸੋ ਜ਼ਰੂਰ ਇੱਥੇ ਸੈਟਅਪ ਆਪਣੇ 'ਚ ਲਿਆ ਕੇ ਰੱਖਾਂਗੇ, ਠੀਕ ਹੈ ਜੀ। ਤੀਰਥਵੀਰ ਜੀ ਕੀ ਹਾਲ ਜੇ, ਠੀਕ ਠਾਕ ਹੋ? ਸੋ ਕਹਿ ਰਹੇ ਕਿ ਨਾਈਸ ਵੀਡੀਓ, ਵੀਰ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਸੋ ਬਹੁਤ ਹੀ ਪਿਆਰ ਦੇ ਰਹੇ ਹੋ ਤੁਸੀਂ, ਇੱਦਾਂ ਪਿਆਰ ਦਿੰਦੇ ਰਹੋ, ਅਤੇ ਆਪਾਂ ਅੱਗੇ ਤੋਂ ਅੱਗੇ ਇੱਦਾਂ ਵੱਧਦੇ ਹੀ ਰਹਿਣਾ ਵਾ। ਠੀਕ ਹੈ ਜੀ, ਸ਼ੁਕਰੀਆ ਜੀ। ਉਹੀ ਹਿਰਦੇ ਵਾਲੇ ਵੀਰ ਜੀ, ਸੋ ਕਹਿ ਰਹੇ ਕਿ ਤੁਹਾਨੂੰ ਚਾਹੀਦਾ ਸਾਨੂੰ ਗਿਫਟ ਦੇਣਾ, ਅਤੇ ਵੀਰੇ ਗਿਫਟ ਲੈ ਲਓ, ਉਹ ਨਹੀਂ ਕੋਈ ਚੱਕਰ ਹੈ, ਗਿਫਟ ਤੁਹਾਨੂੰ ਦੇ ਦਾਂਗੇ, ਕਿਹੜੀ ਗੱਲ ਆ, ਗਿਫਟ ਦੀ ਕਿਹੜੀ ਗੱਲ ਆ। ਸੋ ਗਿਫਟ ਕਿਹੜਾ ਚਾਹੀਦਾ ਤੁਹਾਨੂੰ? ਸੋ ਵੀਰ ਨੇ ਉੱਪਰ ਇੱਕ ਹੋਰ ਕਮੈਂਟ ਕੀਤਾ ਫਿਰ ਵੀ ਬਸ ਕੀ ਦੇ ਦਿਓ ਇੱਕ,
ਵੀਰੇ ਮੈਂ ਕਹਿੰਦਾ ਵੀ ਬੱਤਕਾਂ ਦੇ ਮੈਨੂੰ ਆਂਡੇ ਲੱਲੀ ਨੂੰ ਆਂਡੇ ਲੈ ਕੇ ਇਹਨਾਂ ਕੋਲ ਚੂਚੇ ਕਢਾਵਾਂਗੇ ਅਤੇ ਤੁਹਾਨੂੰ ਇੱਕ ਪੱਕਾ ਜੋੜਾ ਇੱਕ ਬੱਤਕਾਂ ਦਾ, ਠੀਕ ਹੈ ਜੀ? ਜਿਹੜੇ ਛੋਟੇ ਬੱਚੇ ਹੋਣਗੇ ਤੁਹਾਨੂੰ ਪੱਕਾ ਜੋੜਾ ਦੇਵਾਂਗੇ, ਐਡੀ ਗੱਲ ਨਹੀਂ ਹੈ, ਜੇ ਤੁਹਾਨੂੰ ਜ਼ਬਾਨ ਕੀਤੀ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ। ਸੋ ਤੁਸੀਂ ਮੈਨੂੰ ਇੰਨਾ ਤੁਸੀਂ ਸਾਡੇ ਨਾਲ ਪਿਆਰ ਕਰਦੇ ਅਤੇ ਆਪਾਂ ਤੁਹਾਨੂੰ ਇੱਕ ਵਾਰੀ ਬੱਤਕਾਂ ਦਾ ਜੋੜਾ ਨਹੀਂ ਦੇ ਸਕਦੇ, ਸਭ ਕੁਝ ਦੇਵਾਂਗੇ, ਠੀਕ ਹੈ ਜੀ? ਸੋ ਬਸ ਤੁਸੀਂ ਬਣੇ ਰਹੋ ਵੀਡੀਓ 'ਤੇ, ਪਿਆਰ ਦਿੰਦੇ ਰਿਹਾ ਕਰੋ, ਵੀਡੀਓ ਦੇਖਿਆ ਕਰੋ, ਠੀਕ ਹੈ ਜੀ? ਸੋ ਮੈਨੂੰ ਥੋੜ੍ਹਾ ਜਿਹਾ ਹਾਲੇ ਮੇਰਾ ਲੈਵਲ ਬਹੁਤ ਥੱਲੇ ਆ, ਠੀਕ ਹੈ ਜੀ? ਥੋੜ੍ਹਾ ਉੱਪਰ ਹੋ ਲੈਂ ਦਿਓ, ਇੱਦਾਂ ਦੀ ਗੱਲ ਨਹੀਂ ਹੈ। ਮੈਂ ਤੁਹਾਨੂੰ ਜ਼ਰੂਰ ਇੱਕ ਜਿਹੜਾ ਤੁਸੀਂ ਕਹੋਗੇ ਨਾ ਬੱਤਕਾਂ ਦਾ ਕਹੋਗੇ, ਜਿਹੜਾ ਵੀ ਤੁਸੀਂ ਕਹੋਗੇ ਤੁਹਾਨੂੰ ਜੋੜਾ ਜ਼ਰੂਰ ਦੇਵੋਗੇ, ਠੀਕ ਹੈ ਜੀ? ਸੋ ਇੱਦਾਂ ਦੇ ਮੈਨੂੰ ਰੋਜ਼ ਕਮੈਂਟ ਨਾ ਕਰਿਆ ਕਰੋ, ਯਾਦ ਦੇ ਦਿਓ, ਤਰਲੇ ਨਾ ਕਰਿਆ ਕਰੋ, ਇਹ ਤੁਹਾਡਾ ਹੀ ਸਾਰਾ ਕੁਝ, ਮੇਰਾ ਕੁਝ ਨਹੀਂ ਹੈਗਾ। ਸੋ ਫਿਰ ਵੀ ਕੋਈ ਨਹੀਂ ਨਾ ਕਹਿ ਸਕਦੇ, ਕੋਈ ਸਿਸਟਮ ਹੁੰਦਾ ਵਾ, ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਵਾ। ਸੋ ਇਸ ਕਰਕੇ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ ਜੋੜਾ, ਠੀਕ ਹੈ ਜੀ? ਗਿਫਟ ਜ਼ਰੂਰ ਕਰਾਂਗੇ, ਠੀਕ ਹੈ? ਸੋ ਤੁਹਾਨੂੰ ਬੁਲਾ ਕੇ ਇੱਥੇ ਗਿਫਟ ਕਰਾਂਗੇ, ਤੁਹਾਡੀ ਵੀਡੀਓ ਵੀ ਜ਼ਰੂਰ ਬਣਾਵਾਂਗੇ, ਠੀਕ ਹੈ? ਸੋ ਇੱਦਾਂ ਦੇ ਕਮੈਂਟ ਨਹੀਂ ਕਰਨੇ, ਤਰਲਾ ਨਹੀਂ ਮਾਰਨਾ, ਜਿਹੜੀ ਵੀ ਚੀਜ਼ ਦੇਵਾਂਗੇ, ਬਾਕੀ ਜਿਹੜੀ ਚੀਜ਼ ਮੰਗਣੀ ਹੈ ਉਹ ਤਾਂ ਮੰਗਣੀ ਹੈ ਵੀ ਸਾਡੀ ਚੀਜ਼ ਦਿਓ ਜੀ, ਠੀਕ ਹੈ ਜੀ? ਅਤੇ ਜ਼ਰੂਰ ਦੇਵਾਂਗੇ, ਠੀਕ ਹੈ ਵੀਰੇ? ਬਾਕੀ ਗੁੱਸਾ ਨਾ ਕਰਿਓ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸਰੂਪ ਸਿੰਘ ਜੀ, ਕੀ ਹਾਲ ਚਾਲ ਜੀ? ਸੋ ਸਰੂਪ ਸਿੰਘ ਜੀ ਹੋਣਾਂ ਨੇ ਵੀ ਕੀਤਾ ਕਮੈਂਟ, ਕਹਿੰਦੇ ਵੀ ਬਹੁਤ ਵਧੀਆ ਵੀਡੀਓ, ਥੈਂਕ ਯੂ ਵੀਰੇ, ਬਹੁਤ ਬਹੁਤ ਸ਼ੁਕਰੀਆ। ਬਸ ਕਮੈਂਟ ਕਰਦੇ ਰਹਿ ਕਰੋ ਸੋਹਣੇ ਸੋਹਣੇ, ਅਤੇ ਆਪਾਂ ਤੁਹਾਡਾ ਨਾਮ ਬੋਲਦੇ ਰਹਾਂਗੇ, ਠੀਕ ਹੈ ਜੀ? ਪਵਨ ਢਿੱਲੋਂ ਜੀ ਵੇਰਕਾ ਤੋਂ, ਸਾਡੇ ਅੰਮ੍ਰਿਤਸਰ ਤੋਂ ਮੇਰੇ ਹਿਸਾਬ ਨਾਲ ਹੋਣੇ ਆ ਵੇਰਕਾ ਤੋਂ। ਅਤੇ ਹੋਰ ਵੀਰ ਜੀ, ਕੀ ਹਾਲ ਚਾਲ ਜੀ? ਮੇਰੇ ਹਿਸਾਬ ਨਾਲ ਤੁਸੀਂ ਪਹਿਲੀ ਵਾਰ ਸਾਨੂੰ ਕਮੈਂਟ ਕੀਤਾ ਅਤੇ ਬਹੁਤ ਵਧੀਆ ਲੱਗਾ। ਸੋ ਇੱਦਾਂ ਦੀ ਕਮੈਂਟ ਕਰਦੇ ਰਿਹਾ ਕਰੋ, ਅਤੇ ਆਪਾਂ ਤੁਹਾਡਾ ਵੀਡੀਓ 'ਚ ਜ਼ਰੂਰ ਨਾਮ ਬੋਲਿਆ ਕਰਾਂਗੇ, ਠੀਕ ਹੈ ਜੀ? ਸੋ ਬਹੁਤ ਬਹੁਤ ਸ਼ੁਕਰੀਆ ਜੀ, ਪਵਨ ਢਿੱਲੋਂ ਜੀ। ਅਤੇ ਵੀਰੇ, ਜਿੰਨੇ ਕਮੈਂਟ ਕੀਤੇ ਸੀ ਅੱਜ, ਆਪਾਂ ਸਾਰੇ ਕਮੈਂਟ ਤੁਹਾਨੂੰ ਪੜ੍ਹ ਕੇ ਸੁਣਾ ਦਿੱਤੇ ਆ, ਅਤੇ ਅੱਜ ਕਾਫੀ ਕਮੈਂਟ ਘੱਟ ਆਏ ਆ, ਸੋ ਲਾਈਕ ਵੀ ਘੱਟ ਕੀਤਾ ਸੀ। ਅਤੇ ਕੋਈ ਗੱਲ ਨਹੀਂ, ਜਿੰਨਾ ਤੁਸੀਂ ਕਰ ਦਿਓਗੇ ਪਿਆਰ, ਅਤੇ ਕੋਈ ਨਹੀਂ, ਵੱਧਦਾ ਜਾਣਾ ਵਾ, ਕਹਾਂਗਾ ਘਟਣਾ ਨਹੀਂ ਹੈਗਾ, ਵਧਣਾ ਹੀ ਹੈਗਾ ਵਾ। ਸੋ ਬਾਕੀ ਤੁਸੀਂ ਦੇਖ ਲਿਆ ਕਿ ਕਬੂਤਰ ਕਬਾਤਰ ਆਪਾਂ ਸਾਰੇ ਹੀ ਦਾਣਾ ਪਾਣੀ ਪਾ ਦਿੱਤਾ ਵਾ, ਅਤੇ ਹੁਣ ਇਹਨਾਂ ਨੂੰ ਅੰਦਰ ਕਰਨ ਵਾਲੇ ਹਾਂ, ਅਤੇ ਖੁੱਡੇ ਖੋਲ੍ਹ ਦਿੰਦੇ ਹਾਂ, ਅਤੇ ਇਹਨਾਂ ਨੇ ਸਾਰਿਆਂ ਨੂੰ ਚੱਲ ਜਾਣਾ ਖੁੱਡਿਆਂ ਦੇ ਅੰਦਰ, ਠੀਕ ਹੈ ਜੀ? ਸੋ ਇਹ ਸੀ ਜੀ ਅੱਜ ਦੀ ਸਾਡੀ ਵੀਡੀਓ। ਸੋ ਆਸ ਕਰਦੇ ਕਿ ਤੁਹਾਨੂੰ ਵਧੀਆ ਲੱਗੀ ਹੋਏਗੀ। ਸੋ ਵਧੀਆ ਲੱਗੀ ਤਾਂ ਇੱਕ ਲਾਈਕ ਕਰ ਦੇਣਾ, ਚੈਨਲ 'ਤੇ ਨਵੇਂ ਦੇ ਚੈਨਲ ਕਰੋ ਸਬਸਕ੍ਰਾਈਬ, ਵੀਡੀਓ ਕਰੋ ਸ਼ੇਅਰ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਤੇ, ਓਕੇ ਜੀ, ਬਾਏ।